ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਰਨ ਸਿੰਘ ਟੈਣਾ ਤੁਸੀ ਦੇਖ ਰਹੇ ਹੋ ਮੈਂ ਪ੍ਰਾਈਮ ਮਿਨਿਸਟਰ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਹੀ ਪੰਜਾਬ ਦੇ ਮੌਸਮ ਦੀ ਹਰਬਾਣੀ ਲੱਗੇ ਕੱਲ ਵੀ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਸੁਣੀ ਤੁੱਪ ਸੀ ਤੇ ਰਾਤ ਦੇ ਵੇਲੇ ਖਾਸੀ ਠੰਡ ਸੀ 15 ਤਰੀਕ ਤੋਂ ਬਾਅਦ ਪੰਜਾਬ ਦੇ ਵਿੱਚ ਇੱਕਦਮ ਮੌਸਮ ਦੇ ਵਿੱਚ ਕਰਵਟ ਬਦਲਣ ਦੀ ਸੰਭਾਵਨਾ ਰਾਤ ਦੇ ਵੇਲੇ ਪਾਰਾ ਹੋਰ ਟੜਮ ਕਰਕੇ ਡਿੱਗ ਪੈਣਾ ਦਿਨ ਦੇ ਵੇਲੇ ਵੀ ਧੁੰਦ ਦੀ ਚਾਦਰ ਪਸਰੀ ਰਹਿਣ ਦੀ ਆਸ ਹੈ ਕਿਉਂਕਿ 15 ਤਰੀਕ ਤੋਂ ਬਾਅਦ ਪੰਜਾਬ ਵੈਸੇ ਲੰਗੇਕਨ ਮੌਸਮ ਵਿਭਾਗ ਦੇ ਵੱਲੋਂ yellow alert 11 ਜ਼ਿਲ੍ਹਿਆਂ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਇਹ ਉਹ 11 ਜ਼ਿਲ੍ਹੇ ਆ ਜਿਹਦੇ ਵਿੱਚ ਕੁਝ ਕਮਾਜੇ ਦੇ ਵੀ ਆ ਕੁਝ ਕਮਾਲਵੇ ਦੀ ਵੀ ਆ ਕੁਝ ਕੁ ਦਵਾਬੇ ਦੇ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚ ਦਿਨ ਰਾਤ ਦੇ ਵੇਲੇ ਸੰਘਣੀ ਧੁੰਦ ਦਾ ਖੜਸ਼ਾ ਜ਼ਾਰ ਕੀਤਾ ਗਿਆ ਤੇ ਧੁੰਦ ਦੇ ਮੱਦੇ ਨਜ਼ਰ ਲੋਕਾਂ ਨੂੰ ਸੰਭਲ ਕੇ ਸੜਕਾਂ ਦੇ ਉੱਤੇ ਚੱਲਣ ਵਾਸਤੇ ਕਿਹਾ ਗਿਆ ਕਿਉਂਕਿ ਆਪਾਂ ਅੱਗੇ ਵੀ ਗੱਲ ਕਰਨੇ ਆ ਹਰ ਰੋਜ਼ ਬੇਲਤੀ ਕਰਨੇ ਆ ਤੇ ਹਰ ਰੋਜ਼ ਅਸੀਂ ਅਰਨਾਸ ਵੀ ਕਰਨੇ ਵੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਪਰ ਇਹ ਸਾਰੇ ਚੜ੍ਹਦੀ ਕਲਾ ਦੇ ਵਿੱਚ ਭਾਈ ਤਾਂ ਹੀ ਰਹਿਣਗੇ ਜੇਕਰ ਕਲਾ ਕਲਾ ਬੰਦਾ ਡਰ ਕੇ ਗੱਡੀ ਚਲਾਊਗਾ ਡਰਾ ਕੇ ਨਹੀਂ ਜੇਕਰ ਸ਼ਾਨਪ ਨਾਲ ਗੱਡੀ ਚਲਾਊਗਾ ਹੁਰਦੰਦ ਨਹੀਂ ਮਚਾਊਗਾ ਜੇਕਰ ਖੌਰੂ ਨਹੀਂ ਪਾਊਗਾ ਜੇਕਰ ਆਪਦੀ ਮਸਤੀ ਮੁਤਾਬਕ ਨਹੀਂ ਚਲਾਊਗਾ ਉਹਨੂੰ ਰੇਲ ਵਾਂਗੂ ਨਹੀਂ ਚਲਾਊਗਾ ਗੱਡੀ ਨੂੰ ਸੰਭਲ ਕੇ ਚਲਾਊਗਾ ਰਿਫਲੈਕਟਰ ਨਹੀਂ ਵਰਤੂ ਕਰੂੰਗਾ ਇੰਡੀਕੇਟਰ ਨਹੀਂ ਵਰਤੂ ਕਰੂੰਗਾ ਲਾਈਟਾਂ ਜਗਾ ਕੇ ਰੱਖੂਗਾ ਕਿਹੜੀ ਦੀ ਤੋਰ ਗੱਡੀ ਚਲਾਊਗਾ ਜੇ ਫੇਰ ਤਾਂ ਪਾਈ ਜਾਂਦੀਆਂ ਬਚ ਸਕਦੀਆਂ ਤੇ ਜੇਕਰ ਅੰਨੇ ਵਾ ਚਲਾਵਾਂਗੇ ਤਾਂ ਆਪਦਾ ਵੀ ਤੇ ਦੂਜੇ ਦਾ ਬੇਕਸੂਰ ਦਾ ਵੀ ਅਸੀਂ ਨੁਕਸਾਨ ਕਰਦੇ ਆਂ ਬਚੀਏ ਇਹਨਾਂ ਗੱਲਾਂ ਤੋਂ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਸੰਸਦ ਦੇ ਵਿੱਚ ਸਿਕਿਉਰਟੀ ਨੂੰ ਲੱਗੀ ਹੋਈ ਸੰਨ ਦੇ ਨਾਲ ਸੰਬੰਧਿਤ ਆਪਾਂ ਜਾਣਦੇ ਆ ਕਿ 2001 ਦਾ ਉਹ ਵੇਲਾ ਜਦੋਂ 13 ਦਸੰਬਰ ਹੀ ਸੀ ਜਿਵੇਂ ਕਿ ਲੰਘੇ ਕੱਲ 13 ਦਸੰਬਰ ਸੀ ਉਦੋਂ ਵੀ 2001 ਦੇ ਵਿੱਚ 13 ਦਸੰਬਰ ਦਾ ਮੌਕਾ ਜਦੋਂ ਕਿ ਪਾਰਲੀਮੈਂਟ ਦੇ ਵਿੱਚ ਹਮਲਾ ਕੀਤਾ ਗਿਆ ਸੀ ਪੰਜ ਅਤਵਾਦੀਆਂ ਦੇ ਵੱਲੋਂ ਉਦੋਂ ਪੰਜ ਪੁਲਿਸ ਕਰਮਚਾਰੀਆਂ ਸਮੇਤ 9 ਲੋਕਾਂ ਦੀ ਮੌਤ ਹੋਈ ਸੀ ਉਸ ਗੱਲ ਨੂੰ ਚੇਤੇ ਕਰਕੇ ਅੱਜ ਵੀ ਉਹ ਲੋਕ ਭਾਵਕ ਹੁੰਦੇ ਆ ਜਿਹੜੇ ਲੋਕਾਂ ਦੇ ਟੰਬਰ ਨੇ ਜੀ ਚਲੇ ਗਏ ਜਿਹੜੇ ਲੋਕਾਂ ਨੂੰ ਉਸ ਵੇਲੇ ਦੀ ਪੀੜ ਦਾ ਪਤਾ ਉਹ ਸਾਰਾ ਕੁਝ ਆਪਣੇ ਮੂੰਹੋਂ ਅੱਜ ਵੀ ਬਿਆਨ ਕਰਦੇ ਆ ਕਿ ਸਾਡੇ ਟੰਬਰ ਨੇ ਜੀ ਦੀ ਸਾਡੇ ਲਈ ਕਿੰਨੀ ਵੱਡੀ ਐਮਨਿਟੀ ਸੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਹੋਣ ਤੋਂ ਬਾਅਦ ਮੌਤ ਹੋ ਗਈ ਸੋ ਆਪਾਂ ਉਸ ਵੇਲੇ ਨੂੰ ਚੇਤੇ ਕਰਦੇ ਅਕਸਰ ਪਾਰਲੀਮੈਂਟ ਦੇ ਵਿੱਚ 22 ਸਾਲ ਬਾਅਦ 2001 ਤੋਂ ਬਾਅਦ 22 ਸਾਲ ਬਾਅਦ ਲੰਘੇ ਕੱਲ ਨਵੀਂ ਪਾਰਲੀਮੈਂਟ ਦੇ ਵਿੱਚ ਜਿਹੜੀ ਕਿ ਕੁਝ ਕਿਸਮਾਂ ਪਹਿਲਾਂ ਹੀ ਤਬਦੀਲ ਕੀਤੀ ਗਈ ਹੈ ਨਵੀਂ ਪਾਰਲੀਮੈਂਟ ਦੇ ਵਿੱਚ ਸਾਰਾ ਢਾਂਚਾ ਤਬਦੀਲ ਕੀਤਾ ਗਿਆ ਇਹਦੇ ਵਿੱਚ ਸੁਰੱਖਿਆ ਨੂੰ ਸਨ ਲੱਗੀ ਹੈ ਹੁਣ ਸੁਰੱਖਿਆ ਨੂੰ ਸਨ ਲੱਗਣ ਤੋਂ ਬਾਅਦ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਵੀ ਜੇਕਰ ਇੱਥੇ ਵੀ ਸੁਰੱਖਿਆ ਨੂੰ ਸਨ ਲੱਗਦੀ ਹੈ ਤਾਂ ਫਿਰ ਕਿਹੜੀ ਥਾਂ ਸੁਰੱਖਿਅਤ ਹੈਗੀ ਹੈ ਕਿਉਂਕਿ ਕਿਸੇ ਵੀ ਕਾਰਨ ਦੇ ਕਰਕੇ ਇਹਨਾਂ ਮੁੰਡਿਆਂ ਦੇ ਵੱਲੋਂ ਉੱਥੇ ਹੁੱਲੜਬਾਜ਼ੀ ਕੀਤੀ ਗਈ ਹੋਵੇ ਕਿਸੇ ਵੀ ਕਾਰਨ ਦੇ ਕਰਕੇ ਇਹਨਾਂ ਦੇ ਵੱਲੋਂ ਸੁਰੱਖਿਆ ਨੂੰ ਸਨ ਲਾਈ ਗਈ ਹੋਵੇ ਕਿਸੇ ਵੀ ਕਾਰਨ ਦੇ ਕਰਕੇ ਜਾਂ ਕਿਸੇ ਦੀ ਮੰਗ ਦੇ ਕਰਕੇ ਇਹ ਵਿਜ਼ਟਰ ਗੈਲਰੀ ਦੇ ਵਿੱਚੋਂ ਛਾਲਾ ਮਾਰ ਕੇ ਥੱਲੇ ਉਤਰੇ ਹੋਣ ਕਿਸੇ ਵੀ ਕਾਰਨ ਦੇ ਕਰਕੇ ਇਹ ਸਪੀਕਰ ਦੀ ਚੇਰਨੇ ਵੱਲ ਲਗਾਏ ਹੋਣ ਕਿਸੇ ਵੀ ਕਾਰਨ ਦੇ ਕਰਕੇ ਇਹਨਾਂ ਦੇ ਵੱਲੋਂ ਰੰਗ ਵਾਲਾ ਧੂਆਂ ਦਾ ਛੱਡਿਆ ਗਿਆ ਹੋਵੇ ਪਰ ਤਰੀਕਾ ਤਾਂ ਗਲਤ ਆ ਇਹ ਤਰੀਕਾ ਤਾਂ ਗੈਰਵਾਜਬ ਆ ਇਹ ਤਰੀਕਾ ਤਾਂ ਬਹੁਤ ਖਤਰਨਾਕ ਆ ਕਿਉਂਕਿ ਦੇਖੋ ਸਿਕਿਉਰਿਟੀ ਬ੍ਰੇਕ ਦਾ ਮਾਮਲਾ ਵੀ ਜੇਕਰ ਹੁਣ ਤਾਂ ਇਹਨਾਂ ਦੇ ਕੋਲੇ ਇਹ ਹੈਗੇ ਕਿ ਰੰਗ ਵਾਲੇ ਬੰਬ ਜਿਹਾ ਸੀਗੇ ਜੇ ਇਹਨਾਂ ਦੇ ਕੋਲੇ ਕੋਈ ਹੋਰ ਖਤਰਨਾਕ ਚੀਜ਼ ਹੁੰਦੀ ਫਿਰ ਕਿਦੀ ਮਾਨੂਮਾਸੀ ਕਹਿੰਦੇ ਹਾਲੇ ਤੱਕ ਸੀ ਪੁਰਾਣੀ ਗੱਲ ਨੂੰ 22 ਸਾਲ ਪੁਰਾਣੀ ਗੱਲ ਨੂੰ ਨਹੀਂ ਭੁੱਲੇ ਤੇ ਇੱਕ ਵਾਰ ਫਿਰ ਉਹ ਕੁਝ ਹੋ ਚੱਲਿਆ ਸੀ ਸੋ ਮੰਨ ਲਓ ਤੁਸੀਂ ਜਾਂ ਮੈਂ ਪਾਰਲੀਮੈਂਟ ਦੇ ਵਿੱਚ ਜਾਣਾ ਹੋਵੇ ਚੱਲਦੇ ਸੈਸ਼ਨ ਨੂੰ ਦੇਖਣਾ ਹੋਵੇ ਉਹਦੇ ਲਈ ਕਿਹੜੀਆਂ ਕਿਹੜੀਆਂ ਗੱਲਾਂ ਜ਼ਰੂਰੀ ਆ ਪਹਿਲਾਂ ਇਹ ਦੱਸਦੇ ਆ ਮੈਂ ਜਾਂ ਤੁਸੀਂ ਕਿਸੇ ਨੇ ਵੀ ਜਾਣਾ ਤਾਂ ਸਭ ਤੋਂ ਪਹਿਲਾਂ ਸਾਨੂੰ ਪਾਰਲੀਮੈਂਟ ਮੈਂਬਰ ਦੇ ਦਸਤਖਤ ਚਾਹੀਦੇ ਆ ਪਰਫਾਰਮੇ ਦੇ ਉੱਤੇ ਉਹਨਾਂ ਦੀ ਇਜਾਜ਼ਤ ਕਿ ਮੈਂ ਇਹਨਾਂ ਨੂੰ ਨਿੱਜੀ ਤੌਰ ਤੇ ਜਾਂਦਾ ਇਹ ਮੇਰੇ ਜਾਣਕਾਰ ਨੇ ਇਹ ਮੈਨੂੰ ਜਾਣਦੀ ਜਾਂ ਜਾਣਦਾ ਤੇ ਮੇਰੇ ਵੱਲੋਂ ਇਹਨਾਂ ਨੂੰ ਪਰਵਾਣਗੀ ਆ ਵੀ ਪਾਈ ਦੇ ਅੰਦਰ ਜਾ ਸਕਦੇ ਆ ਫਿਰ ਤੁਹਾਨੂੰ ਪਾਸ ਮਿਲ ਗਿਆ ਉਹਦੇ ਲਈ ਜ਼ਿੰਮੇਵਾਰੀ ਟੱਕੀ ਹੈ ਤੁਹਾਡੀ ਮੈਂਬਰ ਪਾਰਲੀਮੈਂਟ ਨੇ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ ਫਿਰ ਤੁਹਾਨੂੰ ਪਾਸ ਮਿਲਦਾ ਫਿਰ ਤਿੰਨ ਚਾਰ ਪੜਾਵਾਂ ਦੇ ਵਿੱਚ ਤੁਹਾਡੀ ਸਿਕਿਉਰਿਟੀ ਚੈੱਕ ਹੁੰਦੀ ਆ ਪਹਿਲਾਂ ਤੁਹਾਡੀ ਅੰਦਰ ਜਾਣ ਦੀ ਸਿਕਿਉਰਿਟੀ ਹੈ ਬਿਲਕੁਲ ਉਵੇਂ ਆ ਜਿਵੇਂ ਕਿ ਜਦੋਂ ਅਸੀਂ 에어ਪੋਰਟ ਤੇ ਜਾਂਦੇ ਆ ਤੇ ਸਾਡਾ ਸਮਾਨ ਸਕੈਨਰ ਦੇ ਵਿੱਚ ਨਹੀਂ ਲੰਘਦਾ ਅਸੀਂ ਮੈਟਲ ਡਿਟੈਕਟਰ ਦੇ ਵਿੱਚ ਨਹੀਂ ਲੰਘਦੇ ਆ ਫਿਰ ਸਾਡੇ ਪਿੰਡੇ ਦੇ ਉੱਤੇ ਯੰਤਰ ਜਾਂ ਫੇਰਿਆ ਜਾਂਦਾ ਵੀ ਭਾਈ ਸਰੀਰ ਦੇ ਅੰਦਰ ਤਾਂ ਨਹੀਂ ਕੋਈ ਚੀਜ਼ ਲੁਕੋਈ ਬਿਲਕੁਲ ਇਸੇ ਤਰੀਕੇ ਦੇ ਨਾਲ ਪਾਰਲੀਮੈਂਟ ਦੇ ਵਿੱਚ ਜੇਕਰ ਤੁਸੀਂ ਜਾਣਾ ਹੋਵੇ ਤਾਂ ਫਿਰ ਭਾਈ ਤੁਹਾਡੀ 3-4 ਪੜਾਵਾਂ ਦੇ ਵਿੱਚ ਸਿਕਿਉਰਿਟੀ ਕਿਉਂ ਚੈੱਕ ਹੁੰਦੀ ਹੈ ਇੰਨੀ ਜ਼ਿਆਦਾ ਸਿਕਿਉਰਿਟੀ ਚੈੱਕ ਹੋਣ ਦੇ ਬਾਵਜੂਦ ਜੁੱਤੀ ਦੇ ਵਿੱਚ ਬੂਟ ਦੇ ਵਿੱਚ ਪਾ ਕੇ ਉਹ ਦੋ ਮੁੰਡੇ ਜਿਹੜੇ ਕਿ ਰੰਗ ਵਾਲਾ ਬੰਬ ਜਾਂ ਲੈ ਕੇ ਗਏ ਆ ਤੇ ਉਹ ਅੰਦਰ ਜਾਰਡ ਦੇ ਵਿੱਚ ਕਾਮਯਾਬ ਹੋ ਗਏ ਆ ਤੇ ਫਿਰ ਸਿਕਿਉਰਟੀ ਕਾਦੀ ਰਹਿ ਗਈ ਹੁਣ ਇਸ ਮਾਮਲੇ ਦੇ ਉੱਤੇ ਐਸਆਈਟੀ ਬਣਾਈ ਗਈ ਆ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਆ ਇੱਕ ਗੱਲ ਹੋਰ ਦੱਦ ਕਰਦੇ ਗਏ ਜਿਹੜੇ ਸਲਸਿਲ ਮੈਂਬਰ ਨੇ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਦਲਾ ਪੰਨਰਸ ਪਾਰਟੀ ਦੇ ਉਹਨਾਂ ਨੇ ਗੱਲ ਕਹੀ ਆ ਜੀ ਕਿ ਅਸੀਂ ਨਵੀਂ ਪਾਰਲੀਮੈਂਟ ਦੇ ਉੱਤੇ ਪਹਿਲਾਂ ਵੀ ਇਤਰਾਜ਼ ਜ਼ਾਹਰ ਕੀਤਾ ਸੀ ਅੱਜ ਵੀ ਕਰਦੇ ਆ ਇਹਦੇ ਵਿੱਚ ਬਾਹਰ ਆਉਣ ਜਾਣ ਦੇ ਵਾਸਤੇ ਇੱਕੋ ਹੀ ਗੇਟ ਆ ਜੇ ਕੁਝ ਵੀ ਅੜਸ ਖਾਣਾ ਹੋਵੇ ਗੇਟ ਇੱਕੋ ਹੀ ਆ ਪੁਰਾਣੀ ਪਾਰਲੀਮੈਂਟ ਬਿਲਕੁਲ ਠੀਕ ਸੀ ਨਵੀਂ ਪਾਰਲੀਮੈਂਟ ਦੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਹੈਗੀਆਂ ਤੇ ਉਹਦੇ ਰੂਪ ਉਹਦੀਆਂ ਉਧਾਰਨਾਂ ਸਮੇਂ-ਸਮੇਂ ਦੇ ਉੱਤੇ ਸਾਹਮਣੇ ਆਉਣ ਵੀ ਲੱਗ ਪਈਆਂ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੇ ਮੁੰਡਿਆਂ ਨੇ ਇਹ ਸਾਰਾ ਕੁਝ ਕੀਤਾ ਲੰਗੇ ਕੰਨ ਸਿਕਿਉਰਿਟੀ ਬ੍ਰੇਕ ਕੀਤੀ ਜਾਂ ਮਨਸ਼ਾ ਕੀ ਸੀ ਕਿਉਂਕਿ ਇਹ ਦੋ ਜਣੇ ਨਹੀਂ ਸੀ ਇਹ ਕੁੱਲ 6 ਜਣੇ ਆ ਦੋ ਜਣੇ ਅੰਦਰ ਆ ਜਿਹੜੇ ਕਿ ਉੱਥੇ ਚਲੇ ਗਏ ਜਿਹੜੇ ਕਿ ਕੁਰਸੀਆਂ ਟੱਪਦੇ ਹੋਏ ਮੇਜ਼ ਟੱਪਦੇ ਹੋਏ ਸੀ ਦੇਖਦੇ ਆ ਵੀਡੀਓ ਦੇਖਦੇ ਆ ਦੋ ਜਣੇ ਬਾਹਰ ਆ ਇੱਕ ਜਣਾ ਉਹ ਜਿਹਨੇ ਆਪਣੇ ਘਰ ਦੇ ਵਿੱਚ ਰੱਖੇ ਤੇ 100 ਜਣੇ ਹਾਲੇ ਤੱਕ ਫਰਾਰ ਆ। 5 ਜਣੇ ਨੂੰ ਪੁਲਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਮਾਮਲਾ ਇਹ ਬਹੁਤ ਵੱਡਾ ਹੈਗਾ। ਪੂਰੀ ਦੁਨੀਆ ਦੇ ਵਿੱਚ ਇਹ ਖਬਰ ਚੱਲੀ ਆ ਵੀ ਤੁਹਾਡਾ ਕੋਈ ਵਿਰੋਧ ਹੋ ਸਕਦਾ। ਤੁਸੀਂ ਪ੍ਰਦਰਸ਼ਨ ਕਰਨ ਦੇ ਹੱਕਦਾਰ ਹੋ ਸਕਦੇ ਆ। ਤੁਹਾਡੀਆਂ ਮੰਗਾਂ ਵਾਜਬ ਹੋ ਸਕਦੀਆਂ। ਤੁਸੀਂ ਇਤਰਾਜ਼ ਜ਼ਾਹਰ ਕਰ ਸਕਦੇ ਹੋ। ਤੁਸੀਂ ਆਪ ਦਾ ਹੱਕ ਲੈਣ ਦੇ ਲਈ ਲੜ ਸਕਦੇ ਹੋ। ਪਰ ਜਿਹੜਾ ਤਰੀਕਾ ਵਰਤਿਆ ਗਿਆ ਇਸ ਤਰੀਕੇ ਦੇ ਉੱਤੇ ਬਹੁਤ ਵੱਡੇ ਸਵਾਲ ਪੈਦਾ ਹੋਏ ਆ ਕਿ ਭਾਈ ਬੀਜੇਪੀ ਦਾ ਹੀ ਬੀਜੇਪੀ ਦਾ ਹੀ ਉਹ ਸੰਸਦ ਮੈਂਬਰ ਆ। ਜਿਵੇਂ ਵੱਲੋਂ ਦਸਤਖਤ ਕਰਕੇ ਇਹਨਾਂ ਨੂੰ ਪਾਸ ਜਾਰੀ ਕਰਵਾਏ ਗਏ ਆ ਬੀਜੇਪੀ ਦੇ ਸੰਸਦ ਮੈਂਬਰ ਦੇ ਵੱਲੋਂ ਹੀ ਇਹ ਅਸਤਾਰਾ ਕੁਝ ਕੀਤਾ ਗਿਆ ਉਹਨੇ ਤਾਂ ਫਿਰ ਜ਼ਿੰਮੇਵਾਰੀ ਲਈ ਹੈ ਕਿ ਭਾਈ ਮੈਂ ਇਹਨਾਂ ਨੂੰ ਜਾਣਦਾ ਹਾਂ ਜਾਂ ਜਾਣਦੀ ਹਾਂ ਉਹਦੇ ਵੱਲੋਂ ਤਾਂ ਇਹ ਗੱਲ ਕਹੀ ਗਈ ਹੈ ਕਿ ਭਾਈ ਇਹ ਮੇਰੇ ਪਛਾਣ ਵਾਲੇ ਲੋਕਾਂ ਦੇ ਵਿੱਚੋਂ ਇੱਕ ਆ ਜਾਂ ਤਾਂ ਫਿਰ ਬੀਜੇਪੀ ਸੰਸਦ ਮੈਂਬਰ ਨੇ ਦਫ਼ਤਰ ਦੇ ਵਿੱਚੋਂ ਐਂ ਦਸਤਖਤ ਕਰਕੇ ਦੇ ਦਿੱਤੇ ਗਏ ਤੇ ਜੇ ਭਾਈ ਉਹ ਜਾਣਦਾ ਤੇ ਉਹਨੂੰ ਪਤਾ ਸੀ ਕਿ ਭਾਈ ਇਹਨੇ ਅੰਦਰ ਜਾ ਕੇ ਆ ਕੁਝ ਕਰਨਾ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਸਾਂਝਾ ਕਰਨੇ ਆ ਤੇ ਫਿਰ ਕਰਾਂਗੇ ਟਿੱਪਣੀ ਭਾਰਤ ਦੀ ਪਾਰਲੀਮੈਂਟ ਦੇ ਉੱਤੇ ਅੱਤਵਾਦੀ ਹਮਲੇ ਦੇ 22 ਸਾਲ ਬਾਅਦ ਇੱਕ ਵਾਰ ਫਿਰ ਸੁਰੱਖਿਆ ਦੇ ਵਿੱਚ ਸਨ ਲੱਗੀ ਹੈ। ਲੋਕ ਸਭਾ ਦੇ ਵਿੱਚ ਦੋ ਨੌਜਵਾਨ ਵਿਜ਼ਟਰ ਗੈਲਰੀ ਤੋਂ ਕੁਦੇ ਤੇ ਪੀਲੇ ਰੰਗ ਦਾ ਧੂਆ ਉਡਾਉਣ ਲੱਗੇ। ਸੁਰੱਖਿਆ ਦੇ ਵਿੱਚ ਸਨ ਲਾਉਣ ਵਾਲੇ ਦੋਵਾਂ ਲੋਕਾਂ ਨੂੰ ਪਹਿਲਾਂ ਸੰਸਦ ਮੈਂਬਰਾਂ ਨੇ ਕੁੱਟਿਆ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ। ਹਾਲੇ ਤੱਕ ਦੀ ਇਸ ਪੜਤਾਲ ਦੇ ਵਿੱਚ ਇਸ ਸਿਕਿਉਰਿਟੀ ਬ੍ਰੇਕ ਦੇ 6 ਕਰਦਾਰ ਸਾਹਮਣੇ ਆਏ ਨੇ। ਦੋ ਨੇ ਪਾਰਲੀਮੈਂਟ ਦੇ ਅੰਦਰ ਹੰਗਾਮਾ ਕੀਤਾ, ਦੋ ਨੇ ਸਦਨ ਦੇ ਬਾਹਰ ਪ੍ਰਦਰਸ਼ਨ ਕੀਤਾ। ਇਹ ਚਾਰੇ ਜਾਣੇ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ। ਦੋ ਹੋਰ ਲੋਕ ਨੇ ਜਿਹੜੇ ਕਿ ਪਲਾਨਿੰਗ ਦੇ ਵਿੱਚ ਸ਼ਾਮਲ ਸਨ ਇਹਨਾਂ ਵਿੱਚੋਂ ਇੱਕ ਨੇ ਸਾਰਿਆਂ ਨੂੰ ਆਪਣੇ ਘਰ ਦੇ ਵਿੱਚ ਠਹਿਰਾਇਆ ਸੀ ਉਹਨੂੰ ਪੁਲਿਸ ਨੇ ਪਤਨੀ ਸਮੇਤ ਹਿਰਾਸਤ ਦੇ ਰਵੇ ਤੇ ਲੈ ਲਿਆ ਇੱਕ ਹਾਲੇ ਤੱਕ ਫਰਾਰ ਹੈ ਪੁਲਿਸ ਨੇ ਸ਼ੁਰੂਆਤੀ ਪੜਤਾਲ ਦੇ ਵਿੱਚ ਇਹ ਗੱਲ ਦਾ ਪਤਾ ਲਾਇਆ ਕਿ ਸੰਦਰ ਸ਼ਰਮਾ ਯੂਪੀ ਦੇ ਲਖਨਊ ਖੇਤਰ ਦਾ ਰਹਿਣ ਵਾਲਾ ਜਿਹੜਾ ਕਿ ਵਿਸਟਰ ਗੈਲਰੀ ਦੇ ਵਿੱਚੋਂ ਛਾਲ ਮਾਰ ਕੇ ਥੱਲੇ ਉਤਰਿਆ ਡੀ ਮੋਦਰੰਜਨ ਜਿਹੜਾ ਕਿ ਉਹਦਾ ਦੂਜਾ ਸਾਥੀ ਹੈ ਜਿਹੜਾ ਕਿ ਵਿਸਟਰ ਗੈਲਰੀ ਤੋਂ ਛਾਲ ਮਾਰਨ 'ਚ ਕਾਮਯਾਬ ਹੋਇਆ ਕਰਨਾਟਕ ਦੇ ਮੈਸੂਰ ਖੇਤਰ ਦਾ ਹੈ ਸੰਸਦ ਦੇ ਬਾਰ ਫੜੀ ਗਈ ਨੀਲਮ ਹਰਿਆਣਾ ਦੇ ਹਿਸਾਰ ਖੇਤਰ ਦੀ ਹੈ ਚੌਥਾ ਮਲਜ਼ਮ ਅਮੋਲਸ਼ਿੰਦੇ ਮਹਾਰਾਸ਼ਟਰ ਦੇ ਲਾਤੂਰ ਖੇਤਰ ਦਾ ਰਹਿਣ ਵਾਲਾ ਸਾਕਰ ਸ਼ਰਮਾ ਤੇ ਡੀ ਮਦਰੰਜਨ ਲੋਕ ਸਭਾ ਦੇ ਵਿੱਚ ਵਿਸਟਰ ਗੈਂਡਰੀ ਦੇ ਵਿੱਚ ਬੈਠੇ ਸਨ ਇਹਨਾਂ ਨੂੰ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮਾ ਦੇ ਦਫ਼ਤਰ ਦੇ ਵਿੱਚੋਂ ਜਾਰੀ ਪਾਸ ਦੇ ਆਧਾਰ ਦੇ ਉੱਤੇ ਹੀ ਐਂਟਰੀ ਮਿਲੀ ਸੀ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਸਾਰਿਆਂ ਦੀ ਇੱਕ ਦੂਜੇ ਨਾਲ ਮੁਲਾਕਾਤ ਆਨਲਾਈਨ ਹੋਈ ਸਾਰਿਆਂ ਨੇ ਮਿਲ ਕੇ ਸੰਸਦ ਦੇ ਵਿੱਚ ਹੰਗਾਮੇ ਦੀ ਯੋਜਨਾ ਬਣਾਈ ਪੁਲਿਸ ਦਾ ਕਹਿਣਾ ਕਿ ਹਾਲੇ ਤੱਕ ਇਸ ਗੱਲ ਦੇ ਸਬੂਤ ਨਹੀਂ ਮਿਲ ਸਕੇ ਕਿ ਇਹਨਾਂ ਨੂੰ ਕਿਸੇ ਖਾਸ ਸਮੂਹ ਨੇ ਭੜਕਾਇਆ ਜਾਂ ਇਹਨਾਂ ਦਾ ਕੋਈ ਵਿਸ਼ੇਸ਼ ਮਨਸ਼ਾ ਸੀ ਕਿ ਅਸੀਂ ਇਹ ਗੱਲ ਕਰਕੇ ਆ ਕੁਝ ਕਰਨਾ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਿਕ ਇਸ ਗੱਲ ਦਾ ਵੀ ਪਤਾ ਲੱਗਾ ਵੀ ਜਿਹੜੇ ਵੇਲੇ ਸੰਸਦ ਦੇ ਅੰਦਰ ਪਾਰਲੀਮੈਂਟ ਦੇ ਅੰਦਰ ਵਿਜ਼ਟਰ ਗੈਲਰੀ ਦੇ ਵਿੱਚੋਂ ਦੋਵੇਂ ਮੁੰਡਿਆਂ ਨੇ ਛਾਲਾ ਮਾਰ ਕੇ ਤੇ ਇੱਕ ਨੇ ਸਪੀਕਰ ਦੇ ਕੋਲੇ ਚਲਾ ਗਿਆ ਉੱਥੇ ਜਾ ਕੇ ਰੰਗ ਵਾਲਾ ਬੰਬ ਜਿਹਾ ਛੱਡਿਆ ਪੀਲਾ ਰੰਗ ਸੀ ਉਹ ਆਲੇ-ਦੁਆਲੇ ਰੰਗ ਦਾ ਧੂਆਂ ਜਾਂ ਖਿਲਰ ਗਿਆ ਤੇ ਦੂਜਾ ਜਿਹੜਾ ਕਿ ਉੱਥੇ ਮੇਜ਼ਾਂ ਦੇ ਉੱਤੋਂ ਛਾਲਾ ਮਾਰ ਰਹੀ ਇੱਥੇ ਫੜਿਆ ਗਿਆ ਉਹਦੇ ਕੋਲੇ ਵੀ ਪੀਲਾ ਰੰਗ ਸੀਗਾ ਤੇ ਉਹਨੇ ਵੀ ਪੀਲੇ ਰੰਗ ਦਾ ਧੂਆਂ ਜਾਂ ਛੱਡਿਆ ਇਹ ਧੂਆਂ ਜ਼ਹਿਰੀਲਾ ਨਹੀਂ ਸੀ ਇਸ ਧੂਏ ਦੇ ਵਿੱਚ ਕੋਈ ਰਸਾਇਣ ਨਹੀਂ ਸੀ ਇਸ ਧੂਏ ਦੇ ਨਾਲ ਕੋਈ ਖਤਰਾ ਨਹੀਂ ਪੈਦਾ ਹੋਇਆ ਨਾ ਜਾਨ ਨੂੰ ਨਾ ਕਿਸੇ ਹੋਰ ਚੀਜ਼ ਨੂੰ ਪਰ ਇਹ ਗੱਲ ਖਤਰੇ ਵਾਲੀ ਕਿਉਂ ਲੱਗਦੀ ਹੈ ਕਿਉਂਕਿ ਪਾਰਲੀਮੈਂਟ ਦੇ ਵਿੱਚ ਆ ਕੁਝ ਹੋਣ ਲੱਗ ਪਿਆ ਤੇ ਇਹ ਇਹਨਾਂ ਦੋਵਾਂ ਦੇ ਵੱਲੋਂ ਜੋ ਕੁਝ ਕੀਤਾ ਗਿਆ ਉਹਦੇ ਆਧਾਰ ਨੇ ਉੱਤੇ ਪਾਰਲੀਮੈਂਟ ਦੇ ਵਿੱਚ ਜਾਣ ਵਾਲੇ ਜਿਹੜੇ ਲੋਕ ਚਾਹਵਾਨ ਲੋਕ ਆ ਜਿਹੜੇ ਕਿ ਸੰਸਦ ਦੀ ਕਾਰਵਾਈ ਦੇਖਣ ਦੀ ਇੱਛਤ ਹੈ ਉਹਨਾਂ ਦੇ ਲਈ ਪਾਸ ਜਾਰੀ ਕਰਨ ਦੇ ਉੱਤੇ ਬੈਨ ਲੱਗ ਗਿਆ ਪਾਬੰਦੀ ਲਾ ਦਿੱਤੀ ਗਈ ਹੈ ਹੁਣ ਜੇਕਰ ਤੁਸੀਂ ਜਾਂ ਮੈਂ ਜਾਣਾ ਚਾਹੇ ਕਿ ਤਾਂ ਹੁਣ ਉਹਨਾਂ ਨੂੰ ਮੌਕਾ ਨਹੀਂ ਮਿਲਣਾਗਾ ਇਹ ਵਕਤੀ ਤੌਰ ਦੇ ਉੱਤੇ ਜੇ ਪੱਕੇ ਤੌਰ ਤੇ ਇਹਦੇ ਬਾਰੇ ਇਹਦੇ ਕੁਝ ਕਹਿ ਸਕਦੇ ਪਰ ਭਾਈ ਇਹ ਬੈਨ ਲਵਾ ਦਿੱਤਾ ਗਿਆ ਉਸ ਤੋਂ ਅਗਲੀ ਗੱਲ ਇਹ ਹੈ ਵੀ ਜਿਹੜੀ ਬਾਹਰ ਨੀਲਮਨਾਨ ਦੀ ਕੁੜੀ ਹੈ ਜਿਹੜੇ ਵੇਲੇ ਅੰਦਰ ਹੰਗਾਮਾ ਚੱਲਦਾ ਸੀ ਬਾਹਰ ਵੀ ਦੋ ਜਣੇ ਪ੍ਰਦਰਸ਼ਨ ਕਰ ਰਹੇ ਸੀ ਜਿਹੜੇ ਬਾਹਰ ਦੋ ਜਣੇ ਪ੍ਰਦਰਸ਼ਨ ਕਰਨ ਦੇ ਚ ਉਹਨਾਂ ਵਿੱਚੋਂ ਇੱਕ ਮੋਲ ਆ ਤੇ ਇੱਕ ਨੀਲਮਾ ਜਿਹੜੀ ਨੀਲਮਾ ਉਹਦੇ ਵੱਲੋਂ ਨਾਰੇ ਲਾਏ ਗਏ ਆ ਇੱਕ ਤਾਂ ਮਣੀਪੁਰ ਦੇ ਵਿੱਚ ਇਨਸਾਫ ਦੇ ਲਈ ਇੱਕ ਔਰਤਾਂ ਦੀ ਸੁਰੱਖਿਆ ਦੇ ਲਈ ਇੱਕ ਸੰਵਿਧਾਨ ਨੂੰ ਕੁਚਲਿਆ ਨਾ ਜਾਵੇ ਇਹਦੇ ਲਈ ਤੇ ਫਿਰ ਉਹਨੇ ਇਹ ਗੱਲ ਕਹੀ ਹੈ ਜੈ ਭੀਮ ਜੈ ਭਾਰਤ ਤੇ ਭਾਰਤਵਾਦ ਦੀ ਜੈ ਯਾਨੀ ਕਿ ਉਹਨਾਂ ਨੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਹਰਖ ਕਈ ਤਰ੍ਹਾਂ ਦੇ ਰੋਸ ਹੈ ਜਿਹਦੇ ਕਰਕੇ ਸ਼ਾਇਦ ਇਹ ਸਭ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਗਿਆ ਪਰ ਬਾਹਰ ਪ੍ਰਦਰਸ਼ਨ ਕਰਨਾ ਆਪਣੀ ਥਾਂ ਦੇ ਉੱਤੇ ਵਾਜਬ ਹੈ। ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਹੁੰਦੇ ਰਹੇ ਆ। ਸੰਸਦ ਮੈਂਬਰ ਵੀ ਇਸ ਵੇਲੇ ਪ੍ਰਦਰਸ਼ਨ ਕਰਨ ਦੇ ਵੀ ਭਾਈ ਅੰਦਰ ਸਾਡੀ ਬਾਤ ਨਹੀਂ ਪੁੱਛੀ ਜਾ ਰਹੀ ਪਰ ਅੰਦਰ ਜਾ ਕੇ ਇਦਾਂ ਦਾ ਖੱਪਖਾਨਾ ਕਰਨਾ, ਇਦਾਂ ਦਾ ਖੂਦ ਮਚਾਉਣਾ ਇਹ ਤਾਂ ਭਾਈ ਗੈਰਵਾਜਬੰਦ ਹੈ। ਇਹਦੇ ਉੱਤੇ ਸਵਾਲ ਉੱਠਣਾ ਹੀ ਸੀ। ਇਸ ਮਾਮਲੇ ਦੀਆਂ ਤਾਹ ਦੇ ਵਿੱਚੋਂ ਅੜ ਕੀ ਕੀ ਨਿਕਲ ਕੇ ਆਊਗਾ ਤੇ ਵਕਤ ਬਿਆਨ ਕਰੂਗਾ ਪਰ ਚਾਰੇ ਪਾਸੇ ਇਸ ਗਲਤੀ ਚਰਚਾ ਚੱਲੀ ਹੈ ਕਿ 22 ਸਾਲਾਂ ਬਾਅਦ ਉਸੇ ਰਣ ਯਾਨੀ ਕਿ 13 ਦਸੰਬਰ ਨੂੰ ਫਿਰ ਕਿਵੇਂ ਪਾਰਲੀਮੈਂਟ ਦੀ ਸੁਰੱਖਿਆ ਦੇ ਸਨ ਲੱਗੀ ਆ ਹਾਲੇ ਪਾਰਲੀਮੈਂਟ ਦੇਗਾ ਚੋਣਾਂ ਦੇ ਵਿੱਚ ਕਈ ਮਹੀਨੇ ਬਾਕੀ ਆ ਪਰ ਜਿਸ ਤਰੀਕੇ ਦੇ ਚਰਚੇ ਆ ਜਿਵੇਂ ਇੱਕ ਦੂਜੇ ਦੇ ਉੱਤੇ ਆਰ ਲੱਗਦੀ ਆ ਜਿਵੇਂ ਪੈਰ ਵਿਦੇ ਜਾਂਦੇ ਜਿਵੇਂ ਚੰਗਾ ਮਾੜਾ ਕਹਿਆ ਜਾਂਦਾ ਲੱਗਦਾ ਨਹੀਂ ਵੀ ਇਹਦੇ ਵਿੱਚ ਕਈ ਮਹੀਨੇ ਬਾਕੀ ਆ ਲੱਗਦਾ ਹੈ ਵੀ ਅਗਲੇ ਮਹੀਨੇ ਇਹਦੇਗਾ ਚੋੜਾ ਹੋ ਜਾਣੀਆਂ ਸਿਰ ਤੇ ਚੋਣਾਂ ਆ ਗਈਆਂ ਚੋਣ ਕਮਿਸ਼ਨ ਨੇ ਐਲਾਨ ਕਰਤਾ ਤਰੀਕੇ ਦਾ ਤੇ ਭਾਈ ਹੁਣ ਸਾਰੀਆਂ ਪਾਰਟੀਆਂ ਦੱਸਣ ਦੇ ਲਈ ਕੱਲੀਆਂ ਵੀ ਭਾਈ ਸਾਡੇ ਵਿੱਚ ਕਿੰਨਾ ਦਮ ਹੈ ਪਰ ਇਹ ਤਾਂ ਛਿੰਗਰੀ ਹੀ ਛੱਡ ਦਿੱਤੀ ਆ ਰਾਜਾ ਬਣੀ ਘੋਰਾ ਨੇ ਰਾਜਾਪੁਰੇਂਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਇਹ ਗੱਲ ਕਹਿ ਕੇ ਇੱਕ ਨਵੀਂ ਚਰਚਾ ਇੱਕ ਨਵੀਂ ਛਿੰਝਣੀ ਛੇੜਤੀ ਉਹ ਕਹਿੰਦੇ ਜੀ ਕਿ ਅਸਲ ਵਿੱਚ ਜੇ ਸਿੱਧੂ ਮੂਸੇਵਾਲਾ ਦੇ ਪਿਤਾ ਕੀ ਜਾਂ ਮਾਤਾ ਚੋਣ ਲੜਨਾ ਚਾਹਣ ਕਾਂਗਰਸ ਦੇ ਵੱਲੋਂ ਲੋਕ ਸਭਾ ਦੀ ਤਾਂ ਅਸੀਂ ਘਰ ਜਾ ਕੇ ਵੀ ਉਹਨਾਂ ਦਾ ਸਵਾਗਤ ਕਰਾਂਗੇ ਹਾਲਾਂਕਿ ਮੇਰੇ ਇੱਕ ਦੋਸਤ ਨੇ ਮੇਰੇ ਬਹੁਤ ਪਰਮ ਮਿੱਤਰ ਨੇ ਉਹਨਾਂ ਨੇ ਇੰਟਰਵਿਊ ਕੀਤੀ ਹੈ ਲੰਘੇ ਕੱਲ ਆਪਣੇ ਚੈਨਲ ਦੇ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੁੜਾਣੀ ਫੋਨ ਦੇ ਉੱਤੇ ਇੰਟਰਵਿਊ ਕੀਤੀ ਹੈ ਉਹਨਾਂ ਨੇ ਇਹੀ ਸਵਾਲ ਪੁੱਛਿਆ ਬਲਕੌਰ ਸਿੰਘ ਹੋਰਾਂ ਨੂੰ ਕਿ ਕੀ ਰਾਜਾ ਵਣੇਗਦੇ ਦੇ ਤਾਇ ਮੁਤਾਬਕ ਕਿ ਜੇ ਤੁਸੀਂ ਚੋਣ ਲੜਨੀ ਚਾਹੁੰਦੇ ਆ ਤਾਂ ਸਵਾਗਤ ਕੀਤਾ ਜਾਊਗਾ ਕਾਂਗਰਸ ਦੇ ਵੱਲੋਂ ਤੁਸੀਂ ਚੋਣ ਲੜਨ ਦੇ ਹਿਚਕਹੁ ਤਾਂ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਕਿਹਾ ਕਿ ਅਸੀਂ ਫਿਲਹਾਲ ਤਾਂ ਆਪਣੇ ਪੁੱਤ ਦੇ ਕਾਤਲਾਂ ਨੂੰ ਸਦਾ ਦਿਵਾਉਣ ਦੇ ਲਈ ਯਤਨ ਕਰ ਰਹੇ ਆ ਇਨਸਾਫ ਲੈਣ ਦੇ ਆਪੋਸ਼ਾ ਵਿੱਚ ਲੰਗੇ ਹੋਏ ਆ ਬਾਕੀ ਵਕਤ ਦੇ ਮੁਤਾਬਕ ਕੀ ਫੈਸਲਾ ਲੈਣਾ ਪੈਦਾ ਇਹ ਵਕਤ ਨਹੀਂ ਬਿਆਨ ਕਰਨਾ ਇਹਦੇ ਬਾਰੇ ਹੋਣੇ ਤਾਂ ਕੁਝ ਕਹਿਣਾ ਉਹਨਾਂ ਨੇ ਕਿਹਾ ਜੀ ਕਿ ਗਲਤ ਗੱਲ ਹੋਊਗੀ ਪਰੇ ਸਮੇਂ ਮੁਤਾਬਕ ਫੈਸਲਾ ਲਵਾਂਗੇ ਨਾ ਤਾਂ ਬਲਕੌਰ ਸਿੰਘ ਹੋਰਾਂ ਨੇ ਚੋਣ ਲੜਨ ਦੇ ਉੱਤੇ ਹਾਂ ਕਹੀ ਨਾ ਬਲਕੌਰ ਸਿੰਘ ਹੋਰਾਂ ਨੇ ਚੋਣ ਲੜਨ ਦੇ ਬਾਰੇ ਨਾ ਕਹੀ ਉਹਨਾਂ ਨੇ ਮੌਕੇ ਦੇ ਮੁਤਾਬਕ ਫੈਸਲਾ ਲੈਣ ਦੀ ਗੱਲ ਕਹੀ ਆ ਤੇ ਸਿੱਧੂ ਮੂਸੇਵਾਲਾ ਦੇ ਤਾਏ ਚਮਕੌਰ ਸਿੰਘ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਆ ਕਿ ਭਾਈ ਸਾਡੇ ਨਾਲ ਕਿਸੇ ਪਾਰਟੀ ਦੇ ਸੰਪਰਕ ਨਹੀਂ ਕੀਤਾ ਪਰ ਵਕਤ ਦੇ ਮੁਤਾਬਕ ਫੈਸਲੇ ਲੈਣੇ ਪੈਂਦੇ ਆ ਮਤਲਬ ਇਹ ਆ ਵੀ ਸ਼ਾਇਦ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਸਰਦਾਰ ਬਲਕੌਰ ਸਿੰਘ ਚੋਣ ਲੜਨ ਦੀ ਹੁਣ ਜੇਕਰ ਉਹ ਚੋਣ ਲੜਦੇ ਆ ਜੇਕਰ ਤਾਂ ਉਹ ਕਿਹੜੀ ਪਾਰਟੀ ਦੇ ਵੱਲੋਂ ਲੜਦੇ ਤਾਂ ਬਲਕਿ ਨਿਰ ਹੋਊਗੀ ਪਰ ਉਹ ਕਿੱਥੋਂ ਲੜਦੇ ਆ ਹੁਣ ਸਵਾਲ ਇਹ ਆ ਉਹ ਲੜਨਗੇ ਬਠਿੰਡੇ ਤੋਂ ਬਠਿੰਡੇ ਤੋਂ ਆਪਾਂ ਜਾਣਦੇ ਆ ਬਠਿੰਡੇ ਦੇ ਵਿੱਚ ਲੋਕ ਸਭਾ ਖੇਤਰ ਦੇ ਵਿੱਚ ਮਾਨਸਾ ਵੀ ਆਉਂਦਾ ਬਾਕੀ ਆਲੇ ਦੁਆਲੇ ਦੇ ਖੇਤਰ ਵੀ ਆਉਂਦੇ ਆ ਸੋ ਇਸ ਤਰ੍ਹਾਂ ਕਿ ਬਠਿੰਡੇ ਤੋਂ ਟੋਣ ਲੜਨਗੇ ਜੇਕਰ ਉਹਨਾਂ ਨੇ ਟੋਣ ਲੜੀ ਤਾਂ ਫਿਰ ਉਸ ਤੋਂ ਬਾਅਦ ਅਗਲੀ ਗੱਲ ਇਹ ਜੀ ਕਿ ਆ ਆਮ ਆਰਨੀ ਪਾਰਟੀ ਵੱਲੋਂ ਕੌਣ ਟੋਣ ਲੜੂ ਮੀਡੀਆ ਦੇ ਵਿੱਚ ਆਈਆਂ ਖਬਰਾਂ ਦੇ ਅਨੁਸਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਇਥੋਂ ਆਮ ਆਰਨੀ ਪਾਰਟੀ ਦੀ ਟੋਣ ਲੜ ਸਕਦੇ ਹਨ ਗੁਰਮੀਤ ਸਿੰਘ ਖੁੱਡੀਆਂ ਦਾ ਬਹੁਤ ਵੱਡਾ ਨਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡਾ ਮੈਂ ਤਾਂ ਕਹਿਣਾ ਕਿ ਉਹ ਸਤਕਾਰਯੋਗ ਬਹੁਤ ਆ ਉਹਨਾਂ ਦੇ ਪਿਤਾ ਦਾ ਬਹੁਤ ਸਤਕਾਰ ਸੀ ਉਹ ਦਰਵੇਸ਼ ਜਸਤਾਨਾ ਉਹਨਾਂ ਦੇ ਉੱਤੇ ਕਦੇ ਇੱਕ ਪੈਸੇ ਦਾ ਇਲਜ਼ਾਮ ਨਹੀਂ ਲੱਗਾ ਉਹਨਾਂ ਨੇ 5 ਵਾਰ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਆਖਰੀ ਤੋੜ ਦੇ ਵਿੱਚ ਹਰਾਤਾ ਉਹਨਾਂ ਨੂੰ ਹੁਣ ਖੇਤੀਬਾੜੀ ਵਿਭਾਗ ਸੌਪਿਆ ਗਿਆ ਤੇ ਉਹ ਆਪਣੇ ਵਿਭਾਗ ਦੇ ਵਿੱਚ ਤਨਦੇਹੀ ਨਾਲ ਕੰਮ ਕਰਦੇ ਆ ਕਿਉਂਕਿ ਮਾਲਵਾ ਖੇਤਰ ਦੇ ਚੜ੍ਹਨੀ ਪੈਂਟ ਆ ਖਾਸ ਕਰਕੇ ਬਾਦਲਾਂ ਦੇ ਖੇਤਰ ਦੇ ਵਿੱਚ ਤੇ ਬਠਿੰਡਾ ਜਿਹੜਾ ਉਹ ਬਾਦਲਾ ਨੇ ਆਪਣੀ ਰਾਜਤਾ ਨਹੀਂ ਵੀ ਮੰਨਿਆ ਕਿਉਂਕਿ ਉਹ ਪੈਰਿਸ ਵੀ ਕਹਿੰਦੇ ਰਹੇ ਬਠਿੰਡੇ ਨੂੰ ਇਸ ਤਰ੍ਹਾਂ ਕੇ ਮੰਨਿਆ ਜਾ ਰਿਹਾ ਵੀ ਗੁਰਮੀਤ ਸਿੰਘ ਖੁੱਡੀਆਂ ਨੂੰ ਆਮ ਆਦਮੀ ਪਾਰਟੀ ਇਥੋਂ ਟਿਕਟ ਦੇਊਗੀ ਹੁਣ ਅਗਲੀ ਗੱਲ ਇਹ ਆ ਵੀ ਆਕਾਦੀ ਦਲ ਵੱਲੋਂ ਉਮੀਦਵਾਰ ਕੌਣ ਹੋ ਤਿੰਨ ਵਾਰ ਵੀ ਸੰਸਦ ਮੈਂਬਰ ਬੀਬੀ ਹਰਸਮਰਤ ਕੌਰ ਬਾਦਲ ਇਥੋਂ ਚੋਣ ਲੜ ਸਕਦੇ ਹਨ ਫੇਰ ਆਕਾਦੀ ਦਲ ਤੇ ਭਾਜਪਾ ਦਾ ਜੇਕਰ ਗੱਠਜੋੜ ਹੋ ਜਾਂਦਾ ਤੇ ਫਿਰ ਭਾਈ ਉਹ ਇਥੋਂ ਚੋਣ ਲੜਨਗੇ ਹੁਣ ਤੁਸੀਂ ਇਹ ਦੇਖੋ ਗੁਰਮੀਤ ਸਿੰਘ ਖੁੱਡੀਆਂ ਬਨਾਮ ਬਲਕੌਰ ਸਿੰਘ ਸਿੱਧੂ ਬਨਾਮ ਹਰਸਮਰਤ ਕੌਰ ਬਾਦਲ ਤੇ ਮੁਕਾਬਲਾ ਕਿੰਨਾ ਤਿੱਖਾ ਹੋਊਗਾ ਪੰਜਾਬ ਦੀ ਰਾਜਨੀਤਿਕ ਆਬੂ ਹਵਾ ਦੇ ਵਿੱਚ ਹੁਣੇ ਤੋਂ ਇਹ ਸੰਗਲ ਦੀ ਚਾਚਾ ਚੱਲਦੀ ਆ ਵੀ ਜੇਕਰ ਇਹ ਮੁਕਾਬਲਾ ਇੰਨੀ ਹੀ ਹੋਇਆ ਜਿਵੇਂ ਕਿ ਅੰਦਾਜ਼ੇ ਪੇਸ਼ ਕੀਤੇ ਗਏ ਆ ਤੇ ਭਾਈ ਜਿੱਤੂ ਕੌਣ ਤੇ ਹਾਰੂ ਕੌਣ ਇਸ ਵੇਲੇ ਆਕਾਲੀ ਦਲ ਤੇ ਭਾਜਪਾ ਦਾ ਗੱਟ ਜੋੜ ਹੋਣ ਦੀ ਗੱਲ ਚਰਚਾਵਾਂ ਸਿਖਰ ਦੇ ਉੱਤੇ ਆ ਕੱਲ੍ਹੇ ਆਕਾਲੀ ਦਲ ਦਾ ਪੰਜਨੀ ਵਟਾਇਆ ਜਾਂਦਾ ਕੱਲ੍ਹੇ ਭਾਜਪਾ ਦਾ ਪੰਜਨੀ ਵਟਾਇਆ ਜਾਂਦਾ ਆਮ ਆਦਮੀ ਪਾਰਟੀ ਦਾ ਗਰਾਫ ਥੋੜਾ ਜਿਹਾ ਥੱਲੇ ਗਿਆ ਪਿਛਲੇ ਕੁਝ ਸਮਿਆਂ ਦੇ ਵਿੱਚ ਆਪਾਂ ਇਹ ਵੀ ਜਾਣਦੇ ਆ ਪਰ ਗੁਰਮੀਤ ਸਿੰਘ ਖੁੱਡੀਆਂ ਇੱਕ ਸੋਹਣੀ ਚੋਣ ਹੋਣਗੇ ਚੰਗੀ ਚੋਣ ਹੋਣਗੇ ਆਪਾਂ ਇਹ ਵੀ ਜਾਣਦੇ ਆ ਬਲਕੌਰ ਸਿੰਘ ਸਿੱਧੂ ਦੇ ਨਾਲ ਲੋਕਾਂ ਦੀ ਹਮਦਰਦੀ ਜੁੜੀ ਹੋਈ ਆ ਕਿਉਂਕਿ ਜਵਾਨ ਪੁੱਤ ਦਾ ਕਤਲ ਜਿਹੜਾ ਕੀਤਾ ਗਿਆ ਤੇ ਕਾਤਨਾ ਦੇ ਖਿਲਾਫ ਕੋਈ ਵੱਡੀ ਕਾਰਵਾਈ ਨਹੀਂ ਹੋਈ ਤੇ ਕਾਤਲ ਹਾਲੇ ਵੀ ਮਾਨਸਾ ਦੀ ਅਦਾਲਤ ਦੇ ਵਿੱਚ ਆਪਣੇ ਵਕੀਲਾਂ ਦੇ ਰਾਹੀਂ ਪਟੀਸ਼ਨ ਪਾ ਕੇ ਗੱਲ ਕਹਿੰਦੇ ਆ ਜਿਨ੍ਹਾਂ ਦੇ ਉੱਤੇ ਕਤਲ ਦੇ ਦੋਸ਼ ਲੱਗੇ ਕਿਥੇ ਤੋਂ ਤੌਰ ਦੇ ਉੱਤੇ ਵੀ ਭਾਈ ਸਾਡਾ قصੂਰ ਕੋਈ ਨਹੀਂ ਸਾਡੇ ਖਿਲਾਫ ਕਿਹੜਾ ਕੋਈ ਸਬੂਤ ਆ ਸਾਨੂੰ ਇਸ ਮਾਮਲੇ ਚ ਰਿਹਾ ਕੀਤਾ ਜਾਵੇ ਮਨਕੌਰ ਸਿੰਘ ਹੋਰੀ ਜੇਕਰ ਤੋਂ ਲੜਦੇ ਆ ਤਾਂ ਇਹ ਮਾਮਲਾ ਇਹ ਮੁਕਾਬਲਾ ਬਹੁਤ ਤਿੱਖਾ ਹੋ ਜਾਣਾ ਇਹ ਮੁਕਾਬਲਾ ਇੰਨਾ ਤੱਕ ਤਿੱਖਾ ਹੋਊਗਾ ਵੀ ਲੋਕਾਂ ਨੇ ਤਾਂ ਸ਼ਰਤਾਂ ਲਾਉਣੀਆਂ ਲੋਕ ਸ਼ਰਤਾਂ ਲਾਉਂਦੇ ਵੀ ਆਏ ਆ ਸਾਨੂੰ ਨੇ ਪਤਾ ਹੈ ਤੇ ਜਿਤਨਾ ਕਿਨੇ ਹਾਰ ਬਾਕੀ ਨੇ ਆ ਜਿਨੇ ਜਿਹਨੂੰ ਵੋਟ ਪਾਉਣੀ ਹੋਈ ਉਹਨੂੰ ਪਾਉਣ ਦਾ ਪੂਰਾ ਪੂਰਾ ਅਧਿਕਾਰ ਹੈ ਪਰ ਮੁਕਾਬਲਾ ਬਹੁਤ ਤਿੱਖਾ ਹੋਊਗਾ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਉੱਤੇ ਇਤਕੀ ਮੁਕਾਬਲੇ ਬੜੇ ਤਿੱਖੇ ਹੋਣੇ ਆ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਗਰੂਰ ਆ ਉਹਨਾਂ ਨੂੰ ਇਹ ਲੱਗਦਾ ਜੀ ਕਿ ਅਸੀਂ ਬਹੁਤ ਕੁਝ ਕਰ ਦਿਖਾਇਆ ਤੇ ਅਸੀਂ ਲੋਕਾਂ ਦਾ ਦਿਨ ਜਿੱਤਿਆ ਆਮ ਆਦਮੀ ਪਾਰਟੀ ਦੇ ਖਿਲਾਫਤ ਕਰਨ ਵਾਲੇ ਅਕਾਲੀ ਦਲ ਦੇ ਵੱਲੋਂ ਗੱਲ ਕਹੀ ਜਾ ਰਹੀ ਵੀ ਕੀਤਾ ਕੁਝ ਨਹੀਂ ਗਏ ਨਾ ਨੇ ਇਸ ਕਰਕੇ ਸਾਨੂੰ ਮੌਕਾ ਮਿਲ ਜਾਣਾ ਭਾਜਪਾ ਨੂੰ ਇਹ ਪ੍ਰਤੀਤ ਹੁੰਦਾ ਵੀ ਭਾਈ ਜਦੋਂ ਅਸੀਂ ਸਾਰੇ ਸੂਬੇ ਜਿੱਤੀ ਜਾਂਦੇ ਆ ਤੇ ਪੰਜਾਬ ਦੇ ਵਿੱਚ ਵੀ ਛਿੱਟਾ ਵੱਡਦੇ ਆਗੇ ਤੇ ਕਾਂਗਰਸ ਨੂੰ ਇਹ ਗੱਲ ਲੱਗਦੀ ਹੈ ਵੀ ਭਾਈ ਸਾਡੇ ਕੋਲੇ ਹਾਲੇ ਵੀ ਕੁਝ ਨਾ ਕੁਝ ਹੈ ਬਾਕੀਆਂ ਦੇ ਕੋਲੇ ਹੈ ਨਹੀਂ ਅਸੀਂ ਆਮ ਆਦਮੀ ਪਾਰਟੀ ਨੂੰ ਤਿੱਖਾ ਮੁਕਾਬਲਾ ਦੇਵਾਂਗੇ ਇਹ ਗੱਲ ਵਕਤ ਦੇ ਗਰਭ ਦੇ ਵਿੱਚ ਲੁਕੀ ਹੋਈ ਹੈ ਵੀ ਕੌਣ ਕਿੱਥੇ ਜੇ ਖੜਾ ਪਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਲੰਗੇ ਕੱਲ੍ਹ ਦੀ ਸੀ ਪ੍ਰੋਗਰਾਮ 'ਚ ਕਿਹਾ ਸੀ ਕਿ ਸਰਦਾਰ ਸੁਰਜੀਤ ਸਿੰਘ ਰਖੜਾਪੁਰਾ ਨੇ ਵੱਲੋਂ ਬਲ ਕਹੀ ਗਈ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਸਕਦਾ ਹੈ ਕਹਿੰਦੇ ਵੀ ਇਸ ਗੱਲ ਦੇ ਉੱਤੇ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਕੂਰਿਆ ਜਾਂ ਕਹਿ ਦੀ ਟੋਕਿਆ ਜਾਂ ਕਹਿ ਦੀ ਰੋਕਿਆ ਤੇ ਫਿਰ ਰਖੜਾ ਸਾਹਿਬ ਨੇ ਆ ਕੇ ਮੀਡੀਏ ਦੇ ਮੋਰਾਂ ਸੋਸ਼ਲ ਮੀਡੀਆ ਤੇ ਇਹ ਗੱਲ ਕਹੀ ਕਿ ਆਖਰੀ ਫੈਸਲਾ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਗੱਠਜੋੜ ਕਰਨ ਜਾਂ ਨਾ ਕਰਨ ਬਾਰੇ ਕਰਨਾ ਸਾਡੇ ਤਾਂ ਭਾਈ ਵੱਲ ਬਲੇ ਸਨ ਫਿਰ ਪ੍ਰੀਮ ਸਿੰਘ ਚੰਦੋ ਮਾਜਰਾ ਖੁਰਾ ਨੇ ਗੱਲ ਕਹੀ ਲਾਈਵ ਹੋ ਕੇ ਉਹ ਕਹਿੰਦੇ ਵੀ ਬਦਲੇ ਪ੍ਰਸੰਗ ਦੇ ਵਿੱਚ ਜੇਕਰ ਆਪ ਤੇ ਕਾਂਗਰਸ ਦਾ ਵੱਟ ਜੁੜ ਹੋ ਸਕਦਾ ਤੇ ਅਕਾਲੀ ਦਲ ਨੂੰ ਵੀ ਪੰਜਾਬ ਦੇ ਹੱਦ ਬਡੇਰੇ ਹਿੱਤਾਂ ਵਾਸਤੇ ਕੋਈ ਵੀ ਫੈਸਲਾ ਲੈਣਾ ਪੈ ਸਕਦਾ ਯਾਨੀ ਕਿ ਆਉਂਦੇ ਸਮੇਂ ਦੇ ਵਿੱਚ ਕਈ ਕੁਝ ਹੋਊਗਾ ਜਿਹਦੇ ਬਾਰੇ ਅਸੀਂ ਕਿਆਸ ਨਹੀਂ ਕੀਤਾ ਦੋ ਤਿੰਨ ਪਤਾ ਲੱਗਾ ਜੀ ਕਿ ਕਾਂਗਰਸ ਦੇ ਸੀਨੀਅਰ ਨੇਤਾ ਆਪ ਦੇ ਵਿੱਚ ਜਾਣ ਨੂੰ ਤਿਆਰ ਆ ਤੇ ਦੋ ਤਿੰਨ ਆਪ ਦੇ ਸੀਨੀਅਰ ਨੇਤਾ ਤੇ ਭਾਜਪਾ ਵਿੱਚ ਜਾਣ ਨੂੰ ਫਿਰਦੇ ਆ ਇਹ ਤੁਸੀਂ ਦੇਖੋ ਟਿਕਟ ਟਿਕਟ ਦਾ ਸੌਦਾ ਕਿਵੇਂ ਹੁੰਦਾ ਜੇ ਤਾਂ ਟਿਕਟ ਮਿਲ ਗਈ ਤਾਂ ਇਹਨਾਂ ਨੂੰ ਪੁਰਾਣੀ ਪਾਰਟੀ ਕਰਨ ਨੂੰ ਚੰਗੀ ਲੱਗੂਗੀ ਨਾ ਮਿਲੀ ਤਾਂ ਨਮੀ ਪਾਰਟੀ ਚੰਗੀ ਲੱਗੂ ਜਿੱਥੇ ਉਹ ਜਾਣਗੇ ਰੌਲਾ ਟਿੱਕਦਾ ਪੈਣਾ ਟਿੱਕ ਟਕ ਕਈਆਂ ਦੀ ਕੱਟੀ ਜਾਣੀ ਆ ਕਈਆਂ ਦੀ ਝੋੜੀ ਚ ਪੈ ਜਾਣੀ ਆ ਆਪਣਿਆਂ ਨੇ ਕਈਆਂ ਦੀ ਮੱਜੀ ਠੋਕ ਲਈਆਂ ਕਈਆਂ ਦੀਆਂ ਜੜਾਂ ਦੇ ਵਿੱਚ ਬਹਿਣਾ ਸੋ ਬੇਨੇ ਆ ਭਾਈ ਕੀ ਬਣਦਾ ਪਰ ਹੁਣੇ ਤੋਂ ਜਿਸ ਤਰੀਕੇ ਦੀਆਂ ਤਿਆਰੀਆਂ ਚੱਲਦੀਆਂ ਲੱਗਦਾ ਇਹ ਵੀ ਐਤ ਕੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਅੰਦਰ ਬਹੁਤ ਕੁਝ ਹੋਣਾ ਬਾਕੀ ਹੈ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਕੀ ਕੀ ਹੁੰਦਾ ਜਾਂ ਜ਼ਿਲ੍ਹੇੋਂ ਬਾਹਰ ਕੀ ਕੀ ਹੁੰਦਾ ਆਪਾਂ ਸਮੇਂ-ਸਮੇਂ ਤੇ ਇਹਦੇ ਬਾਰੇ ਖਬਰ ਸਾਂਝੀ ਕੀਤੀ ਹੈ ਅਸੀਂ ਕੱਲ ਗੱਲ ਕੀਤੀ ਸੀ ਲੱਕੀ ਸੰਧੂ ਦੇ ਬਾਰੇ ਵੀ ਰੀਡ ਦੀ ਹੱਡੀ ਦੇ ਵਿੱਚ ਪੀੜ ਦਾ ਬਹਾਨਾ ਲਾ ਕੇ ਗਿਆ ਪੀਡੀਆਈ ਦੇ ਵੱਲ ਪਰ ਪੁਲਿਸ ਵਾਲਿਆਂ ਨੂੰ ਕਿਹਾ ਜੀ ਕਿ ਆਪਾਂ ਚੱਲਦੇ ਰਾਏਕੋਟ ਤੁਸੀਂ ਵੀ ਆਪ ਦਾ ਮਨੋਰੰਜਨ ਕਰ ਲਿਓ ਤੇ ਭਾਈ ਮੈਂ ਵੀ ਨਾਚ ਗਾਣਾ ਪੇਸ਼ ਕਰ ਲੂੰਗਾ ਮੈਂ ਵੀ ਉੱਥੇ ਭੰਗੜਾ ਢੋੰਗੜਾ ਪਾ ਲੂੰਗਾ ਮੇਰੇ ਯਾਰ ਦਾ ਵਿਆਹ ਤੇ ਮੈਨੂੰ ਗੋਡੇ-ਗੋਡੇ ਚਾ ਪੁਲਿਸ ਵਾਲੇ ਦੀ ਬੜੀ ਦਰਿਆਦਲ ਵੱਡੀ ਮੋੜੀ ਮੈਰਿਜ ਪੈਲਸ ਚਲੇ ਗਏ ਆਪ ਹੀ ਗਟਗਟ ਕਰਕੇ ਪੀਂਦੇ ਰਹੇ ਉਹ ਵੀ ਆਪ ਦਾ ਨੱਚ-ਨੁੱਚ ਕੇ ਤੇ ਜਦੋਂ ਵਾਪਸ ਆਏ ਵੀਡੀਓ ਵਾਇਰਲ ਹੋ ਗਈ ਦੋ ਪੁਲਿਸ ਅਧਿਕਾਰੀ ਇਸ ਮਾਮਲੇ 'ਚ ਸਸਪੈਂਡ ਕਰ ਦਿੱਤੇ ਗਏ ਆ ਹੁਣ ਇੱਕ ਨਵੀਂ ਵੀਡੀਓ ਆ ਗਈ ਤੁਸੀਂ ਹੜਾਣ ਹੋਣਾ ਵੀ ਇਸ ਵੀਡੀਓ 'ਚ ਕੀ ਕਿਹਾ ਇਸ ਵੀਡੀਓ ਦੇ ਵਿੱਚ ਜੇਨ ਦੇ ਵਿੱਚੋਂ ਪੇਸ਼ੀ ਵਾਸਤੇ ਅਦਾਲਤ ਦੇ ਵਿੱਚ ਕੈਦੀ ਨੂੰ ਲੈ ਕੇ ਗਏ ਆ ਪੁਲਿਸ ਮੁਲਾਦਮ ਤੇ ਜਨੂੰ ਵਾਪਸ ਲੈ ਕੇ ਆਏ ਤਾਂ ਉਸ ਕੈਦੀ ਨੇ ਸ਼ਰਾਬ ਪੀਤੀ ਹੋਈ ਆ ਉਸ ਮੁੰਡੇ ਨੇ ਨੌਜਵਾਨ ਮੁੰਡੇ ਨੇ ਸ਼ਰਾਬ ਪੀਤੀ ਹੋਈ ਆ ਜਦੋਂ ਜੇਨ ਦੇ ਅਧਿਕਾਰੀਆਂ ਨੇ ਗੱਲ ਕਹੀ ਉਹਨੂੰ ਐਂਟਰ ਕਰਨ ਤੋਂ ਪਹਿਲਾਂ ਵੀ ਤੂੰ ਤੋ ਦਾਰੂ ਪੀਤੀ ਹੋਈ ਆ ਤੂੰ ਦਾਰੂ ਕਿੱਥੋਂ ਪੀਤੀ ਆ ਜੇ ਤੇਰੇ ਕੋਲ ਦਾਰੂ ਕਿਵੇਂ ਆਈ ਤਾਂ ਉਹ ਬੰਬਗੂ ਫਟਿਆ ਉਹ ਕਹਿੰਦਾ ਆਈ ਕਿੱਥੋਂ ਆ ਥੋੜਿਆ ਲੈਨੇ ਪਈ ਆ ਥੋੜਿਆ ਲੈਨ ਨੂੰ ਪੈਸੇ ਦੇ ਕੇ ਪੀਤੀ ਆ ਪੁਲਿਸ ਵਾਲਿਆਂ ਨੂੰ ਪੈਸੇ ਦਿੰਨਾ ਵੇ ਉਹਨੇ মিডিਏ ਦੇ ਮੂਹਰੇ ਗੱਲ ਕਹੀ ਉੱਥੇ ਪੱਤਰਕਾਰ ਬਹੁਤ ਸਾਰੇ ਸਨ ਕੈਮਰਿਆਂ ਵਾਲੇ ਮਾਈਕ ਦੇ ਮੂਹਰੇ ਖੜ ਕੇ ਉਹਨੇ ਗੱਲ ਕਹੀ ਕਿ ਭਾਈ ਮੈਂ ਤਾਂ ਜਦੋਂ ਵੀ ਪੇਸ਼ ਤੇ ਜਾਂਦਾ 15-20000 ਰੁਪਇਆ ਮੇਰਾ ਰਿਓੜੀਆਂ ਪਕੌੜੀਆਂ ਵਾਂਗ ਖੁੰਲ ਜਾਂਦਾ ਕਦੇ ਉਹਨੂੰ ਦਿੱਤੇ ਕਦੇ ਉਹਨੂੰ ਦਿੱਤੇ ਤੇ ਭਾਈ ਮੈਂ ਤਾਂ ਕੀ ਵੀ 15000 ਰੁਪਇਆ ਪੁਲਿਸ ਵਾਲਿਆਂ ਨੂੰ ਦਿੱਤਾ ਕਚਹਿਰੀ ਦੇ ਵਿੱਚ ਫੜਾਇਆ ਤੇ दारू ਤਾਂ ਪੀਊਂਗਾ ਹੀ ਆਪਦੇ ਪੈਸੇ ਨਹੀਂ ਪੀਤੀ ਆ ਮੈਂ ਕਿਹੜਾ ਕਹੇ ਹੋਰਲੇ ਪੈਸਾ ਨਹੀਂ ਪੀਤੀ ਆ ਉਹਨੇ ਇਹ ਵੀ ਗੱਲ ਕਹੀ ਆ ਵੀਰ ਨਾਲੇ ਤਾਂ ਬੈ ਪੈਸੇ ਦਿੱਤੇ ਪੈਸੇ ਦੇ ਕੇ दारू ਪੀਤੀ ਤੇ ਹੁਣ ਤੁਹਾਨੂੰ ਲੱਗਦਾ ਵੀ ਪਾਈ ਮੈਂ ਪੈਣਾ ਮੈਂ ਗੜਾ ਕਰ ਲਿਆ ਮੈਂ ਕੋਈ ਕਿਸੇ ਦਾ ਕੋ ਚੋਰੀ ਠੰਗੀ ਕਰ ਲਈ ਆ ਉਹਨੇ ਤਾਂ ਕਹੀ ਆ ਕਿ ਭਾਈ ਮੈਂ ਤਾਂ ਇਉਂ ਹੀ ਕਰਨਾ ਹਰ ਵਾਰ ਕਰਨਾ ਤੇ ਮੇਰੇ ਉੱਤੇ ਉਹ ਕਹਿੰਦੇ ਜੀ 7 8 ਪਰਚੇ ਦਰਜ ਆ ਤੇ ਮੈਂ ਤਾਂ ਜਦੋਂ ਵੀ ਜਾਣਾ ਤੇ ਮੈਂ 15 20000 ਰੁਪਏ ਵੰਡਦਾ ਵੀ ਆ ਹਰ ਪੇਸ਼ੀ ਦੇ ਉੱਤੇ ਤੇ ਪੁਲਿਸ ਵਾਲੇ ਮੈਨੂੰ ਕਹਿੰਦੇ ਵੀ ਠੀਕ ਆ ਜਿੰਮ ਮਰਜ਼ੀ ਕਰ ਲੈ ਇਹ ਸਾਡੇ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਦੀ ਹਕੀਕਤ ਆ ਸਾਰੇ ਪੁਲਿਸ ਮੁਲਾਜ਼ਮ ਗਲਤ ਨਹੀਂ ਪਰ ਇਹੋ ਜਿਹੇ ਲੋਕ ਜਿਹੜੇ ਕਿ ਕਦੇ ਕਿਸੇ ਕੈਦੀ ਨੂੰ ਭੁਜਾ ਦਿੰਦੇ ਆ ਜਿਹੜੇ ਕਿ ਕਦੇ ਕਿਸੇ ਕੈਦੀ ਕੋਲ दारू ਪੀਣ ਲਈ ਪੈਸੇ ਲੈ ਲੈਂਦੇ ਆ ਕਦੇ ਕਿਸੇ ਮੁਲਜ਼ਮ ਦੇ ਕੋਲੋਂ ਕਹਿ ਦਿੰਦੇ ਵੀ ਭਾਈ ਆ ਸਾਡੇ ਨਾਲ ਹਸਾਬ ਖਤਮ ਕਰ ਲੈ ਜਿੱਥੇ ਕਹਿੰਦੇ ਵੀ ਉਧਰ ਤੋੜਾ ਫੇਰਾ ਕਰਾ ਲਿਓ ਨੇ ਆ ਇਹਨਾਂ ਦੇ ਕਰਕੇ ਹੀ ਪੰਜਾਬ ਪੁਲਿਸ ਦਾ ਸਾਰੀ ਦਾ ਅਕਸ ਖਰਾਬ ਹੁੰਦਾ ਇਹਨਾਂ ਦੇ ਕਰਕੇ ਹੀ ਪੰਜਾਬ ਪੁਲਿਸ ਦੇ ਉੱਤੇ ਸਵਾਲ ਖੜੇ ਹੁੰਦੇ ਆ ਇਹ ਹੀ ਉਹਨਾਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੀਆਂ ਜੜ੍ਹਾਂ ਦੇ ਵਿੱਚ ਬੈਠਦੇ ਆ ਜਿਹੜੇ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਦੇ ਐ, ਇਹ ਰਕਪਈਆ ਨਹੀਂ ਬਾਹਰੋਂ ਲੈਂਦੇ। ਜਿਹੜੇ ਤਨਖਾਹ ਦੇ ਵਿੱਚ ਗੁਜ਼ਾਰਾ ਕਰਦੇ ਐ। ਕਿਉਂਕਿ ਇਹ ਲੋਕ ਰੱਜਦੇ ਨਹੀਂ। ਇਹ ਲੋਕ ਤਾਂ ਇਹ ਵੀ ਜੇਕਰ ਕਹਿੰਦੀ ਆ ਤਾਂ ਕਹਿੰਦੀ ਨੂੰ ਸਹੂਲਤਾਂ ਦੇਣ ਦੇ ਲਈ ਪੈਸੇ ਲਈ ਜਾਂਦੇ ਐ। ਜੇ ਪੇਸ਼ੀ ਤੇ ਲੈ ਕੇ ਗਏ ਆ ਤਾਂ ਉਹਨੂੰ ਕਦੇ ਵੀ ਗੱਡੀ ਦੇ ਵਿੱਚ ਤੇਲ ਵੀ ਤੇਰਾ, ਸਾਡੇ ਖਾਣ ਪੀਣ ਦਾ ਖਰਚਾ ਵੀ ਤੇਰਾ। ਤੂੰ ਆਪਦੇ ਟੱਬਰ ਨੂੰ ਉੱਥੇ ਕਚਹਿਰੀ ਦੇ ਬਾਹਰ ਮਿਲਣਾ ਜਾਂ ਅੰਦਰ ਬੁਲਾ ਲਾ। ਉੱਥੇ ਜੱਫਨਾ ਪਾਓ 2 ਘੰਟੇ ਨੇਟ ਕੀ ਤਾਂ 2 ਘੰਟੇ ਪਹਿਲਾਂ ਕੀ। ਤੁਸੀਂ ਆਪਦੀ ਮੁਲਾਕਾਤ ਕਰ ਲਓ, ਖੁੰਨ ਕੇ ਮਿਲ ਲਓ ਜਿੰਨੀ ਜਿੰਨਾ ਮਿਲਣਾ। ਮਤ ਦੇ ਬਾਅਦ ਵਿੱਚ ਨਤੀਜੇ ਕੀ ਹੁੰਦੇ ਆ ਅਖੇ ਜੀ ਕਹਿੰਦੀ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਭੱਜ ਗਿਆ ਅਖੇ ਜੀ ਕਹਿੰਦੀ ਚਕਾਨੀ ਦੇ ਕੇ ਭੱਜ ਗਿਆ ਹੱਤ ਕੜੀ ਸਮੇਤ ਭੱਜ ਗਿਆ ਕਹਿੰਦੀ ਦੇ ਸਾਥੀ ਉੱਥੇ ਪਹਿਲੇ ਹੀ ਆਏ ਸੀ ਉਹਨੂੰ ਭਜਾ ਕੇ ਲੈ ਗਏ ਆ ਇਹਨਾਂ ਗੱਲਾਂ ਕਰਕੇ ਆ ਕੁਝ ਵਾਪਰਦਾ ਕਿਉਂਕਿ ਆਪਾਂ ਲਾਲਚ ਦੀ માનਸਿਕਤਾ ਵਾਲੇ ਬਣ ਜਾਂਦੇ ਆ ਅਸੀਂ ਅਣਗੈਲੀ ਵਰਤਦੇ ਆ ਸਾਨੂੰ ਸਵਾਰਥ ਦੇ ਸੁਦਾਬ ਦਾ ਤੇ ਭਾਈ ਅਬੂ ਵੀ ਪੂਰੀ ਤਿਆਰੀ ਦੇ ਵਿੱਚ ਹੁੰਦਾ ਤੇ ਬਾਅਦ ਵਿੱਚ ਆਪਾਂ ਬਿਡਬਿਡ ਤੱਕਦੇ ਆ ਫਿਰ ਕਹਿੰਦੇ ਵੀ ਇਜ਼ਾਤ ਦਾ ਸਹਾਰਾ ਲੈਣੇ ਤੁਹਾਨੂੰ ਬਰਖਾਸਤ ਕਰ ਦਿੱਤਾ ਗਿਆ ਸੋ ਇਸ ਰਿਪੋਰਟ ਤੋਂ ਬਾਅਦ ਜਿਹੜੀ ਕਿ ਇੱਕ ਕੈਦੀ ਦੇ ਵੱਲੋਂ ਕੱਲ ਕਹਾਣੀ ਬਿਆਨ ਕੀਤੀ ਗਈ ਹੈ ਉਹਨੇ ਪੁਲਿਸ ਮੁਲਾਜ਼ਮਾਂ ਦੇ ਇੱਕ ਹਿੱਸੇ ਦੀ ਸਚਾਈ ਸਾਹਮਣੇ ਲਿਆਂਦੀ ਹੈ ਸੋ ਬੇਨਤੀ ਇਹ ਆ ਕਿ ਭਾਈ ਕਿੱਦਾਂ ਨਾ ਪੁਜਨਾ ਕਰੋ ਪੰਜਾਬ ਪੁਲਿਸ ਦੇ ਉੱਤੇ ਬਹੁਤ ਸਾਰਾ ਮਾਣ ਹੈ ਬਹੁਤ ਸਾਰਾ ਸਤਿਕਾਰ ਹੈ ਤੇ ਜਦੋਂ ਇਹੋ ਜਿਹੀਆਂ ਖਬਰਾਂ ਆਉਂਦੀਆਂ ਸੱਚੀ ਮੁੱਚੀ ਹੈਰਾਨ ਕਰ ਜਾਂਦੀਆਂ ਵੀ ਭਾਈ ਜਿਹੜੀ ਪੁਲਿਸ ਦੇ ਬਾਰੇ ਅਸੀਂ ਫੱਟੇ ਦੇ ਉੱਤੇ ਲਿਖਿਆ ਪੜਦੇ ਆ ਕਿ ਪੰਜਾਬ ਪੁਲਿਸ ਆਮ ਲੋਕਾਂ ਦੀ ਜਾਨ ਤੇ maal ਦੀ ਹਿਫਾਜ਼ਤ ਵਾਸਤੇ ਵਚਨਬੱਧ ਹੈ ਇਹ ਤਾਂ ਭਾਈ ਵਚਨਬੱਧ ਆਂਦੇ ਢਿੱਡ ਦੇ ਲਈ ਬਣ ਗਈ ਹੈ ਇਹ ਤਾਂ ਬਚਨਬੰਦ ਆਪ ਦੀ ਜੇਬ ਦੇ ਲਈ ਬਣੀ ਨਹੀਂ ਹੈ ਸੋ ਭਾਈ ਸੋਚੋ ਸਮਝੋ ਤੇ ਵਿਚਾਰੋ ਹੁਸ਼ ਕਰੋ ਖਬਰਾਂ ਕੁਝ ਹੋਰ ਵੀ ਸੁਣ ਪਰ ਜੋ ਵਕਤ ਨਹੀਂ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਫਿਰ حاضر ਹੋਵਾਂਗੇ ਬਹੁਤ ਬਹੁਤ ਧੰਨਵਾਦ